ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜਿੰਨਾ ਵੀਰ ਨੇ ਹਜੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਜਲਦੀ ਸਬਸਕ੍ਰਾਈਬ ਕਰ ਲਿਓ ਕਿਉਂਕਿ ਨੈਕਸਟ ਅਪਡੇਟ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਊਗੀ ਜੀ ਸਭ ਤੋਂ ਪਹਿਲੇ ਸੋ ਵੀਰੋ ਆਓ ਅੱਜ ਆਪਾਂ ਗੱਲ ਕਰਦੇ ਹਾਂ ਇਸ ਝੋਟੀ ਬਾਰੇ ਦੋਸਤੋ ਇਹ ਨੀਲੀ ਰਾਵੀ ਦੀ ਝੋਟੀ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਹੈ ਜੀ ਜੇ ਆਪਾਂ ਗੱਲ ਕਰੀਏ ਜੀ ਕਿੰਨੀ ਲੋਕੇਸ਼ਨ ਆ ਤੇ ਤੀਜਾ ਸੂਬਾ ਇਸ ਨੇ ਸੁਣਾ ਦੋ ਸੂਵੇ ਪਹਿਲਾ ਮਾਲਕਾਂ ਦੇ ਕੋਲ ਸੂਈ ਆ ਘਰ ਦੀ ਝੋਟੀ ਤਿਆਰ ਕੀਤੀ ਹੋਈ ਸੀ ਉਹਨਾਂ ਨੇ ਜੋ ਕਿ ਨਾਲ ਦੀਆਂ ਕਟੀਆਂ ਤੁਸੀਂ ਦੇਖ ਰਹੇ ਹੋਏ ਇੱਕ ਨੀਲੀ ਰਾਵੀ ਦੇ ਵਿੱਚ ਕੱਟੀ ਆ ਦੂਜੇ ਸੂਵੇ ਦੀ ਤੇ ਇੱਕ ਪਰਲੇ ਬਨੇ ਨਾਲ ਮੋਹਰਾ ਦੇ ਵਿੱਚ ਕੱਟੀ ਖੜੀ ਹੈ ਜੀ ਉਹ ਫਸਟ ਸੂਵੇ ਦੀ ਕੱਟੀ ਆ ਇਸੇ ਮੱਝ ਦੀ ਤੇ ਦੋਸਤੋ ਓਨਰ ਦੇ ਦੱਸਣ ਦੇ ਮੁਤਾਬਕ ਇਸ ਦੇ ਥੱਲੇ 12 ਲੀਟਰ ਮਿਲਕਾ ਜੀ ਦੁੱਜੀ ਲੋਕੇਸ਼ਨ ਦੇ ਵਿੱਚ 12 ਲੀਟਰ ਦੀ ਚੁਵਾਈ ਕੀਤੀ ਹੋਈ ਉਹਨਾਂ ਖੁਦ ਤੇ ਮੱਝੋ ਤੁਸੀਂ ਦੇਖ ਸਕਦੇ ਹੋ ਮਤਲਬ ਕਿ ਪਿਓਰ ਨੀਲੀ ਰਾਵੀ ਦੇ ਵਿੱਚ ਮੱਝ ਆ ਜੀ ਟੇਡੇ ਚੀਰ ਵਾਲੀ ਜਿਹਨੂੰ ਟਟਵਾ ਚੀਰ ਹੈ ਤੇ ਟਟਵਾ ਥੋੜਾ ਚੀਰ ਬਾਕੀ ਟੇਡਾ ਚੀਰਾ ਜੀ ਤੇ ਅੱਖਾਂ ਵੀ ਬਿੱਲੀਆਂ ਤੁਸੀਂ ਦੇਖ ਸਕਦੇ ਹੋ ਸਿੰਘ ਬਹੁਤ ਵਧੀਆ ਬੰਤਰ ਦੇ ਵਿੱਚ ਮੱਝ ਬਿਲਕੁਲ ਬਹੁਤ ਵਧੀਆ ਹਜੇ ਲਾਏ ਨਹੀਂ ਪਈਗੀ ਮੱਝ ਮਤਲਬ ਕਿ ਹਜੇ ਹਵਾਨਾ ਮਤਲਬ ਕਿ ਆਰਡਰ ਕੱਟਣਾ ਸ਼ੁਰੂ ਨਹੀਂ ਕੀਤਾ ਹੈਗਾ ਦਿਨ ਲੈ ਜੂਗੀ ਦਸਾਂ ਦੇ ਮੁਤਾਬਕ 15 ਤੋਂ 20 ਦਿਨ ਹਜੇ ਲੈ ਕੇ ਜਾ ਰਹੀ ਹੈ ਮਾਜੀ 8 ਮਹੀਨੇ ਤੇ 22 23 ਦਿਨ ਦੀ ਗੱਬਣ ਆ ਤੇ ਤੁਸੀਂ ਲਾ ਸਕਦੇ ਹੋ ਸਾ ਮਤਲਬ ਕਿ 20 ਦਿਨ ਦਾ ਹਜੇ ਲੈ ਜੋਗੀ ਟਾਈਮ ਸੋ ਵੀਰੋ ਜਿਹੜੇ ਵੀਰ ਚਾਹ ਵਾਣ ਨੇ ਮੱਝ ਖਰੀਦਣ ਦੇ ਤੇ ਤੁਸੀਂ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਉਹਨਾਂ ਦਾ ਨੰਬਰ ਹੈ ਜੀ 99681 2237 ਇੰਦਰਪਾਲ ਸਿੰਘ ਸੈਣੀਆ ਵੀਰ ਗੁਰਦਾਸਪੁਰ ਜ਼ਿਲ੍ਹਾ ਜਾਵਾਂ ਵੀਰ ਕੰਟੈਕਟ ਕਰਕੇ ਮੱਝ ਖਰੀਦ ਸਕਦਾ ਹੈ ਜੀ ਬਾਕੀ ਤੁਸੀਂ ਬੰਤਰ ਵਗੈਰਾ ਦੇਖ ਹੀ ਰਹੇ ਹੋ ਮੱਝ ਵਧੀਆ ਰਾਜੀ ਮੱਝ ਕਿਸੇ ਪਾਸੇ ਕੋਈ ਲੱਸੀ ਲਾਵੀ ਨਹੀਂ ਹੈਗੀ ਤੇ ਕਿਉਂਕਿ ਉਹਨਾਂ ਦੋ ਕਟੀਆਂ ਲੈ ਚੁੱਕੇ ਨੇ ਤੇ ਉਹ ਇਸ ਲੋਕੇਸ਼ਨ ਦੇ ਵਿੱਚ ਸੇਲ ਕਰਨਾ ਚਾਹੁੰਦੇ ਆ ਤੇ ਵੀਰ ਜੀ ਪ੍ਰਾਈਸ 70000 ਆ ਬਾਕੀ ਮੌਕੇ ਤੇ ਅਪ ਡਾਊਨ ਹੋ ਜਾਏਗਾ ਥੈਂਕ ਯੂ